बटाला दे पिंड थारियेवाल विच माहौल उस समय तनावपूर्ण बन गया जदों पिंड दे गुरुद्वारा साहिब कलगीधर साहिब विचों बाबा जी दे सरूप अते होर सारा समान लै जा के नवे बनाए गए गुरुद्वारा साहिब विच स्थापित कर दित्ते गए। उत्थे ही पिंड दे मौजूदा सरपंच अते पिंड वासियां अते कुछ समाज सेवी जथेबंदियां वल्लों इस दा विरोध किया गया। पिंड वासियां ने कहा कि यह गुरुद्वारा साहिब पिंड दी सहमति दे नाल बनाया गया है, पर अज एक समाज सेवी जथेबंदियां नूं लिया के माहौल खराब करन दी कोशिश कीती गई है। उत्थे ही नवे स्थापित गुरुद्वारा साहिब दे सेवादार अते पिंड वासियां ने कहा कि साडी प्रशासन अते सिख जथेबंदियां अगे अपील है कि अजिहे समाज सेविकां दा पिछोकड़ देखिया जावे अते अजिहे ढोंगी समाज सेवकां दे खिलाफ सख्त कारवाई कीती जावे। ਕੁਛ ਦਿਨਾਂ ਤੋਂ ਇੱਥੇ ਵਿਵਾਦ ਛਿੜਿਆ ਹੋਇਆ ਸੀ ਥਰੀਏਵਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਿੰਦ ਦੱਸਿਆ ਹੀ ਝੂਠ ਮਾਰ ਕੇ ਕੁਝ ਸ਼ਰਾਰਤੀ ਅੰਸਰਾਂ ਨੇ ਪਿੰਡਿਆਂ ਨੇ ਸਰੂਪ ਚੁੱਕ ਕੇ ਲੈ ਗਏ ਸੀ। ਸਾਨੂੰ ਪਤਾ ਲੱਗਾ ਆਪਣੇ ਵੀਰ ਹਰਪਿੰਦਰ ਸਿੰਘ ਠੀਕਰੀਵਾਲ ਤੋਂ ਉਹਨਾਂ ਨੇ ਟੈਲੀਫੋਨ ਕੀਤਾ ਸਾਨੂੰ ਅਤੇ ਅਸੀਂ ਮੌਕੇ 'ਤੇ ਪਹੁੰਚ ਕੇ ਆ ਕੇ ਮੌਕਾ ਵਾਰਦ ਤੋਂ ਵੇਖਿਆ। ਇੱਥੋਂ ਸਾਰਾ ਸਮਾਨ ਚੋਰੀ ਕੀਤਾ ਗਿਆ, ਕੈਮਰੇ ਸੀਸੀਟੀਵੀ ਕੈਮਰੇ ਜੋ ਗੋਲਕ ਲੋਹੇ ਦੀ ਜੋ ਭਾਰੀ ਬਣੀ ਹੁੰਦੀ ਆ ਅਤੇ ਮਹਾਰਾਜ ਦੇ ਚਾਰ ਸਰੂਪ ਚੁੱਕ ਕੇ ਲੈ ਗਏ ਆ ਅਤੇ ਸਗੋਂ ਬਕਾਇਦਾ ਇਹਨਾਂ ਨੂੰ ਧਮਕੀਆਂ ਦਿੱਤੀਆਂ ਅਤੇ ਕਹਿੰਦੇ ਵੀ ਉਹ ਕਰ ਦਾਂਗੇ ਜੇ ਕਰ ਦਾਂਗੇ ਕਦੀ ਕਿਸੇ ਦੇ ਜ਼ੋਰ 'ਤੇ ਕਦੀ ਕਿਸੇ ਦੇ ਜ਼ੋਰ 'ਤੇ। ਇੱਥੋਂ ਆਉਂਦੇ ਵੀ ਗੁਰੂ ਸਾਹਿਬ ਗੁਰੂ ਘਰ ਜਿਹੜਾ ਇਹ ਬੰਦ ਕੀਤਾ ਜਾਵੇ। ਸਾਰੇ ਦੇ ਵੱਲੋਂ ਚੱਲ ਰਹੀ ਸੀ ਇਹ ਵੀਡੀਓ, ਮਤਲਬ ਕਿ ਸਾਰੇ ਕੋਈ ਠੀਕਰੀਵਾਲ ਤੋਂ ਆਇਆ ਹੈਗਾ ਵਾ। 3 ਦਿਨ ਹੋ ਗਏ ਸਾਡਾ ਇਹਨੇ ਦਿਮਾਗ ਖਾਧਾ ਹੈਗਾ, ਕਦੀ ਧਮਕੀਆਂ ਸਾਨੂੰ ਦਿੰਦਾ ਹੈਗਾ ਘਰਾਂ 'ਚੋਂ ਕੱਢ ਕੱਢ ਮਾਰਾਂਗੇ, ਕਦੀ ਕਹਿੰਦੇ ਜਿੰਦੇ ਤੋੜ ਤੋੜ ਪ੍ਰਕਾਸ਼ ਲਿਆ ਕੇ ਇੱਥੇ ਵਸਾਵਾਂ, ਕਦੀ ਕੁਛ ਕਹਿੰਦਾ ਲਾਸਾਂ ਵਸਾਵਾਂਗੇ। ਐਸਾ ਨਹੀਂ ਹੋਣਾ ਚਾਹੀਦਾ ਹਨਾ, ਸਾਨੂੰ ਇਹਦੀ ਜਲਦੀ ਤੋਂ ਜਲਦੀ ਇਹਦੀ ਮਤਲਬ ਕਿ ਕਾਰਵਾਈ ਪਾਉਣੀ ਚਾਹੀਦੀ। ਨੰਗ ਕਰਦੇ ਹੋ ਇਹਦਾ ਨੰਗ, ਜਸੇਬੰਦੀ ਵਾਲੇ ਜਿਹੜਾ ਉਹ ਗਲਤ ਦਾ ਸਾਥ ਨਾ ਦੇਣ, ਸਹੀ ਦਾ ਸਾਥ ਦੇਣ। ਹਾਂ ਕਿਉਂ ਨਹੀਂ ਸਾਡੀ ਸੁਣਾਈ, ਕਿਉਂ ਨਹੀਂ ਇੱਧਰ ਆ ਕੇ ਸੁਣਦੇ ਹੈਗੇ, ਉੱਧਰ ਦੀ ਸੁਣੀ ਜਾਣ ਡੇ ਹੈਗੇ ਆ। ਕਿੱਡਾ ਵਧੀਆ ਸਥਾਨ ਬਣਿਆ ਹੈਗਾ ਵਾ, ਉੱਧਰ ਤਾਂ ਵੈਸੇ ਵੀ ਬਾਲੇ ਚੋਂਦੇ ਹੈਗੇ ਸੀ ਤਾਂ ਫਿਰ ਹੀ ਬੰਦ ਕਰਵਾਇਆ ਹੈਗਾ ਵਾ, ਵੈਸੇ ਥੋੜ੍ਹੀ ਹੈਣਾ ਧੱਕੇ ਨਾਲ ਚੁੱਕ ਲਿਆਂਦਾ ਹੈਗਾ। ਪਿੰਡ ਦੇ ਸਰਪੰਚ ਨੇ ਪਰਮਿਸ਼ਨ ਦਿੱਤੀ ਤਾਂ ਫਿਰ ਹੀ ਆਇਆ ਇੱਧਰ, ਵੈਸੇ ਥੋੜ੍ਹੀ ਆ ਸਕਦਾ ਸੀ। ਫਿਰ ਵੀ ਉਹ ਦੁਗਲਾ ਹੋਣ ਡਿਆ ਹੁਣ ਹੈਗਾ, ਪਾਰਟੀਆਂ ਬਦਲਦਾ ਹੈਗਾ, ਫਿਰ ਬਾਕੀ ਬੰਦੇ ਜਿਹੜੇ ਬਦਲੇ ਹੈਗੇ ਉਹ ਵੈਸੇ ਸਾਡੇ ਨਾਲ ਜਦੋਂ ਪ੍ਰਕਾਸ਼ ਨਹੀਂ ਲਿਆਂਦਾ ਉਹ ਨਾਲ ਹੀ ਉਹ ਬੰਦੇ ਹੈਗੇ, ਹੁਣ ਕਿਉਂ ਪਾਸਾ ਪਲਟਦੇ ਹੈਗੇ, ਉਹ ਦੂਸਰੇ ਪਾਸੇ ਹੁੰਦੇ ਪਏ ਹੈਗੇ ਆ। ਸਾਡੇ ਕੋਲ ਰਿਕਾਰਡ ਸਾਰਾ ਉਹਨਾਂ ਦਾ ਹੈਗਾ ਵਾ, ਫਿਰ ਇਹ ਬਦਲਣਾ ਨਹੀਂ ਚਾਹੀਦਾ ਹੈਗਾ। ਮੰਗ ਇਹ ਵੀ ਕਾਰਵਾਈ ਹੋਣੀ ਚਾਹੀਦੀ ਆ, ਸਾਨੂੰ ਬਾਰ ਬਾਰ ਧਮਕੀਆਂ ਦਿੰਦੇ ਪਏ ਆ। 3 ਨਿਹੰਗ ਜਿਹੜੇ ਆਏ ਹੈਗੇ, ਪਤਾ ਨੀ ਕਿਹੜੇ ਪਿੰਡ ਦੇ ਹੈਗੇ ਕਿਹੜੇ ਦੇ ਨਹੀਂ। ਲਾਂਡ ਅੱਡ ਕਰਕੇ ਆ ਵੀ ਕੋਈ ਕਿਸੇ ਦਾ ਝਗੜਾ ਨਾ ਹੋਵੇ, ਉਹ ਬਿਲਕੁਲ ਸ਼ਾਂਤੀ ਆ, ਪੀਸਫੁਲੀ ਆ, ਕੋਈ ਕਿਸੇ ਤਰ੍ਹਾਂ ਦਾ ਇੱਥੇ ਝਗੜਾ ਨਹੀਂ ਆ। ਬਾਕੀ ਇਹਨਾਂ ਦਾ ਗੁਰਦੇ ਦਾ ਆਪਣਾ ਮਾਮਲਾ, ਸੇਵਾ ਜਿੱਦਾਂ ਵੀ ਸਖਤ ਕਰਨੀ ਚਾਹੁੰਦੀ ਆ, ਉਹਨਾਂ ਦਾ ਆਪਣਾ ਪਿੰਡ ਵਾਲਿਆਂ ਦਾ ਮੈਟਰ ਹੈਗਾ, ਚੱਪਲ ਸ਼੍ਰੀ ਕੋਈ ਦਖਲ ਦਾ ਜੀ। ਲਿਖਤੀ ਕੋਈ ਮਿਲਿਆ ਨਾ ਕੁਝ? ਨਹੀਂ, ਲਿਖਤੀ ਇਹ ਕੁਛ ਕਰਨੀ ਹੈਗੀ ਸਾਡੇ ਕੋਲ।